ਤਾਰਾ ਜੀ, ਸ਼ਾਮ ਦਾ ਵਕਤ ਆ, ਅਸੀਂ ਟੋਭੇ ਤੋਂ ਸਮੁੰਦਰੀ ਜਾ ਰਹੇ ਸਾਂ ਅਤੇ ਵੇਖਿਆ ਬੰਦਾ ਸੜਕ ਦੇ ਕਿਨਾਰੇ ਕਿਨਾਰੇ ਜਾ ਰਿਹਾ। ਤੁਸੀਂ ਅੱਗੋਂ ਗੱਡੀ ਵਾਪਸ ਕਰਵਾਈ ਇਹਨਾਂ ਵਾਸਤੇ ਕਿ ਕੋਈ ਬੰਦਾ ਹੱਕਦਾਰ ਮਿਹਨਤੀ ਲੱਗਦਾ ਵਾ, ਮਿਹਨਤ ਕਸ਼ ਲੱਗਦਾ ਵਾ ਜਿਹੜਾ ਸ਼ਾਮ ਟਾਈਮ ਵੈਸੇ ਘਰ ਜਾ ਰਿਹਾ, ਅਤੇ ਉਹ ਪੁੱਛ ਲੈਂਦੇ ਹਾਂ। ਅਸਲਾਮ ਵਾਲੇਕਮ, ਕਿੱਥੋਂ ਆਏ ਜੇ? ਢੋਲਣ ਕੁਲਫੀਆਂ ਵੇਚ ਕੇ ਆਏ, 337 ਢੋਲਣ। ਢੋਲਣ ਕੁਲਫੀਆਂ ਵੇਚ ਕੇ ਆਏ? ਹਾਂਜੀ। ਅਤੇ ਕਿਹੜੇ ਪਿੰਡੋਂ ਆਏ ਤੁਸੀਂ? ਮੈਂ ਸਰਾਬੇ ਦਾ ਰਹਿਣ ਵਾਲਾ। ਅੱਛਾ, ਅਨਾਗਰੇ ਚਲੇ। ਅਤੇ ਕਿਤਨਾ ਮੀਲ ਸਫ਼ਰ ਤੈਅ ਕਰਕੇ ਆਏ? ਤਕਰੀਬਨ ਕੋਈ 3-6 ਕਿਲੋਮੀਟਰ। 6 ਕਿਲੋਮੀਟਰ। ਅਤੇ ਬੱਚੇ ਕਿੰਨੇ ਜੇ? ਬੱਚੇ ਮਾਸ਼ਾਅੱਲਾ 4 ਆ। 4 ਬੱਚੇ ਆ। ਅਤੇ ਇਹ ਕਿਤਨਾ ਅਰਸਾ ਹੋ ਗਿਆ ਇਹ ਕੁਲਫੀਆਂ ਵੇਚਦੇ ਆ? ਮੈਨੂੰ ਹੋ ਗਿਆ 5-6 ਦਿਨ। 5-6 ਦਿਨ। ਅਤੇ ਪਹਿਲੇ ਕੀ ਕਰਦੇ ਸੀ? ਪਹਿਲੇ ਮਿਹਨਤ ਮਜ਼ਦੂਰ। ਅੱਛਾ, ਅਤੇ ਉਹ ਕਿਉਂ ਛੱਡਤੀ ਅਤੇ ਇੱਧਰ ਕਿੱਦਾਂ ਕਿਵੇਂ ਆ ਗਈ? ਉਦੋਂ ਗੁਜ਼ਾਰਾ ਨਹੀਂ ਸੀਦਾ। 600 ਰੁਪਈਆ ਦਿਹਾੜੀ ਮਿਲਦੀ ਆ। ਅੱਛਾ, ਸਾਰੀ ਦਿਹਾੜੀ ਗੁੰਦੇ ਆ ਉਹ ਇੱਥੇ ਆ ਗਏ ਕੁਲਫੀਆਂ 'ਚ। ਅੱਛਾ, ਚਲੋ 1 ਰੁਪਈਆ ਕੁਛ 100 ਖੰਡ ਵੱਧ ਵੱਜ ਜਾਂਦਾ। 100 ਖੰਡ ਵੱਧ ਵੱਜ ਜਾਂਦਾ। ਅਤੇ ਪਹਿਲੇ ਨਾਲੋਂ ਬਿਹਤਰ ਹਾਲਾਤ ਹੋਏ ਨੇ? ਹਾਂਜੀ। ਅਤੇ ਕਿਆ ਉਹਦੇ 'ਚ 400-500 ਦੇ ਵਿੱਚ ਗੁਜ਼ਾਰਾ ਹੋ ਜਾਂਦਾ? ਅੱਜ ਹੁਣ ਕੀ ਕਰੀਏ, ਗਰੀਬ ਆਦਮੀ ਨੇ ਹੋਰ ਕੀ ਕਰਨਾ। ਅੱਲਾਹ ਵਾਰਿਸ ਆ। ਅੱਲਾਹ ਵਾਰਿਸ ਆ, ਅੱਲਾਹ ਵਾਰਿਸ ਹੁੰਦਾ ਵਾ। ਅੱਲਾਹ ਪਾਕ ਦਾ ਸ਼ੁਕਰ ਕਰਨਾ ਚਾਹੀਦਾ ਵਾ ਕਿ ਅੱਲਾਹ ਪਾਕ ਨੇ ਸ਼ੁਕਰ ਆ ਮਾਲਕ ਦਾ, ਸ਼ੁਕਰ ਅਲਹਮਦੁਲਿਲਾ ਜੋ ਦੇਈ ਜਾਂਦਾ। ਦੇਖੋ, ਇੱਕ ਮਿਹਨਤ ਕਾ ਜਿਹੜਾ ਵਾ ਉਹ 200-400 ਰੁਪਏ ਕਮਾਉਂਦਾ ਤਾਰਾ ਜੀ ਜੀ, ਅਤੇ ਉਹ ਕਹਿੰਦਾ ਅੱਲਾਹ ਪਾਕ ਤੇਰਾ ਸ਼ੁਕਰ ਆ। ਸੁਬਹ ਤਾਂ ਰਹਿ ਕੇ ਸ਼ਾਮ ਤੱਕ ਬੱਚਿਆਂ ਵਾਸਤੇ ਬਾਹਰ ਨਿਕਲਣਾ, ਫਿਰ ਅਸੀਂ ਮਿਹਨਤ ਕਰਕੇ ਆਉਣਾ ਅਤੇ ਫਿਰ ਕਹਿਣਾ ਅੱਲਾਹ ਪਾਕ ਤੇਰਾ ਸ਼ੁਕਰ ਆ। ਜੀ ਜੀ, ਸਭ ਤੋਂ ਬੜੀ ਅਤੇ ਨਿਮਤ ਅੱਲਾਹ ਪਾਕ ਦੀ ਜਿਹੜੀ ਦਿੱਤੀ ਹੈ ਸਿਹਤ ਆ। ਸਿਹਤ ਆ ਤਾਂ ਇਨਸਾਨ ਸਭ ਕੁਛ ਕਰ ਸਕਦਾ ਵਾ, ਅਗਰ ਸਿਹਤ ਹੀ ਨਾ ਹੋਵੇ ਤਾਂ ਫਿਰ ਮਿਹਨਤ ਵੀ ਨਹੀਂ ਕਰਦਾ, ਕੁਛ ਵੀ ਨਹੀਂ ਕਰਦਾ। ਮੇਰੇ ਮਾਲਕ ਦੀ ਦੇਣ। ਬਸ ਜੀ, ਸ਼ੁਕਰ ਰੱਬ ਦਾ ਕਰਨਾ ਚਾਹੀਦਾ, ਹਰ ਹਾਲਤ 'ਚ ਉਹਦਾ ਸ਼ੁਕਰ ਕਰਨਾ ਚਾਹੀਦਾ। ਅਤੇ ਇਹ ਤਾਂ ਅੱਲਾਹ ਪਾਕ ਦੀ ਤਰਫੋਂ ਆ, ਅੱਲਾਹ ਪਾਕ ਦੀ ਰਹਿਨਮਾਈ ਨਾਲ, ਅੱਲਾਹ ਪਾਕ ਦੀ ਮਰਜ਼ੀ ਨਾਲ ਰਸਤੇ 'ਚ ਜਾਂਦਿਆਂ ਜਾਂਦਿਆਂ ਅੱਲਾਹ ਪਾਕ ਰਹਿਮ ਕਰ ਦਿੰਦਾ ਵਾ ਅਤੇ ਆਪਣਾ ਫਸਲ ਕਰ ਦਿੰਦਾ ਵਾ। ਅਸੀਂ ਟੋਭੇ ਅੱਜ ਆਏ ਹਾਂ ਅਤੇ ਵਾਪਸੀ ਹੋ ਰਹੀ ਸੀ ਸਾਡੀ, ਅਤੇ ਅੱਲਾਹ ਪਾਕ ਨੇ ਸਾਹਮਣੇ ਕਿਹਾ ਕਿ ਹੱਕਦਾਰ ਨੇ, ਅਸੀਂ ਗੱਡੀ ਵਾਪਸ ਹੋਣ ਤੋਂ ਮਜਬੂਰ ਹੋ ਗਏ ਹਾਂ ਕਿ ਨਹੀਂ ਅਸੀਂ ਨਜ਼ਰਅੰਦਾਜ਼ ਕਰਕੇ ਨਹੀਂ ਜਾ ਸਕਦੇ ਹੱਕਦਾਰ ਨੂੰ। ਅਤੇ ਤੁਹਾਡੇ ਵਾਸਤੇ ਅੱਲਾਹ ਪਾਕ ਦੀ ਤਰਫੋਂ ਕੁਛ ਹੈ? ਲਓ ਜ਼ਫਰ ਭਾਈ, ਇਹ ਤੁਹਾਡਾ ਪੂਰੇ ਮਹੀਨੇ ਦਾ ਰੋਸ਼ਨ ਆ, ਇਹ 'ਚ ਘਿਓ, ਚੀਨੀ, ਚਾਵਲ ਹਰ ਚੀਜ਼ ਆ, ਠੀਕ ਹੈ? ਅਤੇ ਹੈਲੋ ਜੀ, ਇਹ ਵੀ ਅੱਲਾਹ ਪਾਕ ਦੀ ਤਰਫੋਂ ਵਾ। ਦੇਖੋ, ਅਸੀਂ ਲੈ ਕੇ ਨਹੀਂ ਸੀ ਜਾ ਸਕਦੇ, ਇਹ ਤੁਹਾਡੀ ਅਮਾਨਤ ਸੀ, ਤੁਹਾਡੇ ਤੱਕ ਪਹੁੰਚਣੀ ਸੀ, ਹਰ ਹਾਲਤ 'ਚ ਪਹੁੰਚਣੀ ਸੀ। ਜੇ 'ਚ ਪਾਲੋ, ਇਹ ਅਸੀਂ ਵਾਪਸ ਨਹੀਂ ਸੀ ਲੈ ਸਕਦੇ ਕਿਉਂਕਿ ਹਰ ਇਨਸਾਨ ਦਾ ਨਸੀਬ ਮੁਕੱਦਰ ਉਹ ਆਇਆ ਹੁੰਦਾ ਹੈ ਜਿਹੜਾ ਉਹਦੇ ਤੱਕ ਪਹੁੰਚਦਾ ਵਾ, ਅਤੇ ਅੱਲਾਹ ਪਾਕ ਦਾ ਸ਼ੁਕਰ ਆ ਕਿ ਸਾਡੇ ਕੋਲ ਨਜ਼ਰਅੰਦਾਜ਼ ਨਹੀਂ ਹੋ ਸਕਿਆ। ਅਤੇ ਤੁਹਾਡੇ 'ਤੇ ਕੋਈ ਅਹਿਸਾਨ ਨਹੀਂ, ਇਹ ਅੱਲਾਹ ਪਾਕ ਦੀ ਤਰਫੋਂ, ਇਹ ਅੱਲਾਹ ਪਾਕ ਸਾਡੇ ਸਾਹਮਣੇ ਲਿਆਉਂਦਾ ਬੰਦਿਆਂ ਨੂੰ। ਤੁਹਾਡੇ 'ਤੇ ਕੋਈ ਅਹਿਸਾਨ ਨਹੀਂ, ਤੁਹਾਡੀਆਂ ਕੋਈ ਅੱਖਾਂ ਨੀਵੀਆਂ ਕਰਨ ਵਾਸਤੇ ਨਹੀਂ ਬਾਹਰ ਨਿਕਲੇ, ਸਿਰਫ ਇਹ ਆ ਕਿ ਹੱਕਦਾਰ ਨੂੰ ਹੱਕ ਦੇਣ ਜਾਂਦੇ ਹਾਂ ਅਤੇ ਜਿੰਦੇ ਵਾਸਤੇ ਰਹੋ। ਅੱਲਾਹ ਤੰਦਰੁਸਤੀ ਰੱਖੇ। ਅੱਜ ਕਿਹੜਾ ਦਿਨ ਚੜਿਆ? ਠੀਕ ਆ ਜੀ, ਸ਼ੁਕਰ ਅਲਹਮਦੁਲਿਲਾਹ, ਅੱਲਾਹ ਦਾ ਅਹਿਸਾਨ ਹੈ, ਅੱਲਾਹ ਦਾ ਅਹਿਸਾਨ ਹੈ ਕਹਿੰਦੇ, ਅੱਲਾਹ ਪਾਕ ਦਾ ਸ਼ੁਕਰ ਹੈ। ਅੱਜ ਦੇ ਦਿਨ ਜਿਹੜਾ ਸਾਰਾ ਦਿਨ ਤੁਹਾਡੀ ਮਿਹਨਤ 'ਚ ਗੁਜ਼ਰਿਆ, ਲੇਕਿਨ ਸ਼ਾਮ ਨੂੰ ਤੁਸੀਂ ਵਾਪਸ ਜਾ ਰਹੇ ਜੇ, ਅਤੇ ਜਿਹੜਾ ਬੰਦਾ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਦਾ ਅਤੇ ਅੱਲਾਹ ਪਾਕ ਕਿਸੇ ਵਕਤ ਵੀ ਉੱਥੇ ਰਹਿਮਤਾਂ ਕਰ ਦਿੰਦਾ ਵਾ, ਕਿਸੇ ਵਕਤ ਹੀ ਉੱਥੇ ਜਿਹੜੀ ਹੈ ਨਾ ਅੱਲਾਹ ਪਾਕ ਦੀ ਰਹਿਮਤ ਹੋ ਜਾਂਦੀ ਹੈ। ਘਰ ਜਾਂਦਿਆਂ ਜਾਂਦਿਆਂ ਅੱਲਾਹ ਪਾਕ ਨੇ ਬਰਕਤ ਦਿੱਤੀ ਹੈ, ਅੱਲਾਹ ਪਾਕ ਦਾ ਸ਼ੁਕਰ ਅਦਾ ਕਰੋ, ਨਮਾਜ਼ ਪੜ੍ਹਿਆ ਕਰੋ, ਅੱਲਾਹ ਪਾਕ ਦਾ ਸ਼ੁਕਰ ਅਦਾ ਕਰਿਆ ਕਰੋ, ਅੱਲਾਹ ਪਾਕ ਬਿਹਤਰ ਸਵਾਬ ਬਣਾਉਣ ਦਾ। ਸ਼ੁਕਰ ਅਲਹਮਦੁਲਿਲਾ।